ਹਾਂਜੀ ਵੈਲਕਮ ਹੈ ਸਭ ਦਾ ਆਪਣੇ ਕੋਲ ਲਾਹੌਰ ਦੇ ਵਿੱਚ ਜੋਧਾ ਪਹੁੰਚ ਗਏ ਅਕਸ਼ ਕੋਲੇ ਡਾਊਨ ਸੀਲਿੰਗ ਦਾ ਕੰਮ ਚੱਲੀ ਜਾਂਦਾ ਕਹਿੰਦੇ ਤੇ ਹੁਣ ਫੱਟੇ ਦੇ ਬਸ ਉਹ ਆਹ ਕੰਨਾਂ ਵਾਲੀ ਜਗ੍ਹਾ ਹੀ ਘਟਾਉਣੀ ਹੈ ਨਾ ਉਦੋਂ ਬਾਅਦ ਇਹਨੂੰ ਕੀ ਕਰਨਾ ਹੁਣ ਮਾੜਾ ਦੱਸੀ ਇਹਦਾ ਹੱਲ ਇਹ ਫੇਰ ਲੱਗਦਾ ਨਾਲ ਫੱਟੇ ਦੇ ਹੁਣ ਇਹਨੂੰ ਆਪਾਂ ਵਿੱਚੋਂ ਕਢਾ ਕੇ ਨਾ ਸੱਟ ਮਾਰ ਕੇ ਟੇਪਰ ਕਰ ਦੇਣਾ ਹੈ ਹਲੇ ਵੀ ਫਰਕ ਰਹਿੰਦਾ ਵਾ ਨਟਾਂ ਦੀ ਵੀ ਗਲੀ ਹੁਣੀ ਕੱਢ ਦੇ ਤੁਸੀਂ ਉਹ ਚ ਤੇਰੀ ਜਿਹੜੀ ਆਹ ਉਹਨੇ ਵਿਚਾਲੇ ਵਾਲੀ ਚ ਕਿਹਾ ਸੀ ਪਾਉਣ ਨੂੰ ਕਿਹੜੀ ਨਟਾਂ ਦੀ ਆਹਲੇ ਨਟਾਂ ਦੀ बाकी हुण कालू फिर समान लैण जाणा ना डाउन सीलिंग दा लैदर लूदर जिहड़ा कोई इहदे लई चाहीदा सानू उह कालू लैके आवांगे समान होर की बाकी टूल बॉक्स कित्थे आ चाबी जगाड़ जा हैगा ना बिंगा टेढ़ा जा करके चाबी लग गया जे इत्थे ना हाथ पवे ਉੱਥੇ ਉਹ ਚਾਬੀ ਕੰਮ ਆਇਆ ਜੀ ਜਿਹੜਾ ਟੂਲ ਬਾਕਸ ਚ ਉਹੋ ਜੀ ਲੱਭ ਯਾਰ ਤੂੰ ਮੈਨੂੰ ਫੜਾ ਦੇ ਉੱਤੇ ਪਈ ਆ ਮੈਨੂੰ ਕੋਈ ਨਾ ਲੱਭ ਸਲਿੰਗ ਚੱਕ ਕੇ ਹੁਣ ਆ ਗਿਆ ਆਪਾਂ ਆ ਚੀਜ਼ ਨੂੰ ਟੇਪਰ ਕਰਾਉਣ ਡਾਊਨ ਸਲਿੰਗ ਸੂਨ ਚੱਕ ਦੋ ਵਾਹ ਕੰਮ ਹੁਣ ਨਵੇੜ ਦੋ ਐ ਅਕਸ਼ ਕਰਿਆ ਅਕਸ਼ ਕਰਿਆ ਨਾ ਇੰਸਟਾਗ੍ਰਾਮ ਉਹ ਫਿੱਕਾ ਹੋ ਗਿਆ ਦੁਬਾਰੇ ਲਵਾਵਾਂਗੇ ਨਾਲੇ ਉਹ ਦੇਖ ਤੂੰ ਆਪਦੀ ਮਸ਼ਹੂਰੀ ਜਾ ਕੇ ਫੋਲੋ ਕਰੋ ਕਹਿੰਦਾ ਲੋ ਵੀ ਕਹਿੰਦੇ ਡਾਊਨ ਸਲਿੰਗ ਦਾ ਕੰਮ ਕਰਦੇ ਕਰਦੇ ਮੁੰਡੇ ਆ ਗਏ ਨੇ ਹਾਈ ਟੈਕ ਵੀਰੇ ਕੋਲੇ ਨਾ ਨਾ ਯਾਰ ਇਹਦੇ ਨਾਲ ਵਿਚਾਰੇ ਨਾਲ ਧੱਕਾ ਨਾ ਕਰਿਆ ਤੇ ਹਾਈ ਟੈਕ ਵੀਰੇ ਕੋਲ ਪਹੁੰਚ ਲੋ ਵੀ ਹਾਈ ਟੈਕ ਵੀਰੇ ਕੋਲੇ ਪਹੁੰਚ ਕੇ ਕਿਵੇਂ ਵੀਰੇ ਤੇ 12 ਇੰਚੀ ਦੋ ਵਾਲਾ ਹੁਣ ਆਪਾਂ ਨਾਲ ਤੇ ਮੁੰਡੇ ਦੇ ਟਰੈਕਟਰ ਤੇ ਲਾਉਣਾ ਹੈ ਟਰੈਕਟਰ ਲਿਆ ਕੇ ਜਾਣ ਕੋੜ ਪਰ ਆ ਨਾ ਕੁੱਤਾ ਵੱਜ ਗਿਆ ਨਾਲੇ ਕਿਸੇ ਦੇ ਥੱਲੇ ਹੋਣੇ ਹੋਣਾ ਨਾਲੇ ਕਿਸੇ ਦੇ ਸੱਟਾਂ ਵੱਜਣੀਆਂ ਜੀ ਵੱਜ ਗਿਆ ਹੋਰ ਕੀ ਤੇ ਇਦਾਂ ਦਾ ਆਪਾਂ ਸਿਸਟਮ ਲਵਾਉਣਾ ਹੁਣ ਇੱਕ ਤੇ ਦਿਨ ਤੱਕ ਦੂਏ ਟਰੈਕਟਰ ਤੇ ਫੋੜ ਦੇ ਨਾਲ ਦੇ ਮੁੰਡੇ ਨੇ ਨਵਾਂ ਲਿਆਂਦਾ ਸੈਕਿੰਡ ਹੈਂਡ ਉਹ ਦਿਖਾਵਾਂਗੇ ਤੁਹਾਨੂੰ ਨਾਲੇ 3600 ਸ਼ਾਇਦ 3600 ਲਿਆਂਦਾ ਵਾ ਤੇ ਯੂ ਪੈਪ ਨਿੰਦੀ ਬਾਈ ਤੋਂ ਲਵਾਵਾਂਗੇ ਤੇ ਡੈਕੋਰ ਲਵਾਵਾਂਗੇ ਤੇ ਬਣਾ ਦਿਓ ਫਿਰ ਇੱਕ ਦੋ ਦਿਨਾਂ 'ਚ ਬਾਕੀ ਨਿੰਦੀ ਦੇ ਦੇ ਦਿਆਂ ਹੁਣ ਯੂ ਪੈਪ ਲਾਉਂਦਾ ਕਿੱਦਣ ਫੇਰ ਹੀ ਫਿੱਟ ਹੋਊ ਹਾਂ ਬਾਕੀ ਮੈਂ ਗੱਲ ਕਰਿਆ ਕਹਿੰਦਾ ਪਰਸੋਂ ਨੂੰ ਲਾ ਦੂੰ ਉਹ ਨਾ ਕਿਉਂ ਵਿਚਾਰੇ ਨਾਲ ਧੱਕਾ ਕਰਦੇ ਉਹਨੇ ਸਾਹ ਅੱਗੇ ਘੱਟ ਆ ਲਓ ਵੀ ਅੱਜ ਹੋ ਗਿਆ ਅਗਲਾ ਦਿਨ ਤੇ ਡਾਊਨ ਸੀਲਿੰਗ ਆਪਾਂ ਸਟਾਰਟ ਕਰੀ ਹੋਈ ਆ ਤੇ ਉਹਦਾ ਅੱਜ ਲੈਣ ਜਾਣਾ ਸਮਾਨ ਹਨਾ ਲੈਟਾਂ ਵਗੈਰਾ ਸਮਾਨ 'ਚ ਪਹਿਲਾਂ ਕੀ ਲੈ ਕੇ ਆਉਣਾ ਅੱਜ ਲੈਟਾਂ ਮੇਨ ਤਾਂ ਨਹੀਂ ਲੈਟਾਂ ਚੜਾ ਮੇਨ ਲੈਟਾਂ ਤੇ ਲੈਦਰ ਲੈ ਕੇ ਆਉਣੀ ਲੈਦਰ ਲੈਦਰ ਤੇ ਥੱਲੇ ਗੋਦੀ ਲੱਗ ਜੂ ਆਪਾਂ ਲੋਕਲ ਜੋਧਾਂ ਤੋਂ ਲੈ ਲੈਣੀ ਹਨਾ ਇੱਥੋਂ ਮਿਲ ਜੂ ਵਧੀਆ ਤੇ ਗੂੰਦ ਉਹ ਵੀ ਲੈ ਆਵਾਂਗੇ ਤੇ ਬਾਕੀ ਥਾਰ 'ਚ ਜਾਣਾ ਥਾਰ 'ਚ ਚੱਲਦੇ ਆ ਇੱਕ ਅੱਧੇ ਬੰਦੇ ਨੂੰ ਸਾਦਿਆਂ ਨਾਲ ਹੋਰ ਹਨਾ ਤੇ ਚੱਲਦੇ ਆ ਫਿਰ ਤੇ ਫੱਟਾ ਤੇ ਉਹ ਫਰੇਮ ਲੱਗ ਗਿਆ ਆਪਣਾ ਮੈਸਟਰੀ ਲਾ ਦੋ ਵਾ ਉਹ ਲਾ ਦੋ ਆਪਾਂ ਨੂੰ ਮੁੜ ਜਦੋਂ ਆਪਾਂ ਸਮਾਨ ਲੈ ਕੇ ਮੁੜਿਆ ਆਪਾਂ ਨੂੰ ਮਿਲ ਜਾਣਾ ਬਾ ਠੀਕ ਆ ਫੱਟਾ ਤੇ ਜਿਹੜਾ ਫਰੇਮ ਸੀਗਾ ਫਿਟਿੰਗ ਨਹੀਂ ਆ ਰਹੀ ਸੀ ਉਹ ਆਪਣੀ ਹੋ ਜਾਣੀ ਆ ਜਦੋਂ ਆਪਾਂ ਸਮਾਨ ਲੈ ਕੇ ਆ ਗਏ ਉਸ ਨੂੰ ਦਿਖਾਵਾਂਗੇ ਹੁਣ ਬਾਅਦ ਚੱਲਦੇ ਆ ਲੁਧਿਆਣੇ ਗੈਲ ਰੋਡ ਤੇ ਜਾਣਾ ਗੱਲ ਹੋ ਗਈ ਇਦਾਂ ਚੱਲੇ ਸੀਗੇ ਲੁਧਿਆਣੇ ਤੇ ਅਕਸ਼ ਨੂੰ ਆ ਗਿਆ ਫੋਨ ਕਹਿੰਦੇ ਟਰੈਕਟਰ ਧੌਸ ਗਿਆ ਕਿਹੜਾ ਧੁਸਿਆ ਵੈਸੇ ਜੌਂਡੀ ਆਰੀਆ ਕੋਈ ਧੌਸ ਗਿਆ ਤੇ ਗ੍ਰੀਨ ਹਾਰਸ ਨੂੰ ਲੈ ਕੇ ਚੱਲਦੇ ਆ ਹੁੱਕ ਹੁੱਕ ਪਾ ਲਈ ਕਿਹੜਾ ਡਰਾਈਵਰ ਡਰੂ ਪਾ ਲਈਏ ਤੇ ਟੋਚਨ ਚੱਕ ਕੇ ਟਰੈਕਟਰ ਲੈ ਕੇ ਜਾਂਦੇ ਆ ਤੇ ਟਰੈਕਟਰ ਉਹ ਕੱਢ ਕੇ ਆਉਂਦੇ ਆ ਟੋਚਨ ਪਾ ਕੇ ਕਹਿੰਦੇ ਮੇਰੀ ਵੀਰੋ ਟਰੈਕਟਰ ਗਿਆ ਧੌਸ ਉੱਥੇ ਚੱਲਦੇ ਆ ਖੇਤ ਗ੍ਰੀਨ ਹਾਰਸ ਕਰ ਲਿਆ ਸਟਾਰਟ ਹੁੱਕ ਪਾ ਲਈ ਇੱਧਰ ਚੱਲਦੇ ਆ ਹੁਣ ਟਰੈਕਟਰ ਕੱਢਣ ਚੱਲੀਏ ਬਾ ਹੁੱਕ ਪੈ ਗਈ ਥੋੜਾ ਜਿਹਾ ਥੋੜੀ ਆ ਇਹਦਾ ਥੋੜਾ ਹੀ ਇਹਦਾ ਉਹੀ ਖਿੱਚਿਆ ਜਾਣਾ ਵਾ ਲੈ ਵੀ ਕਹਿੰਦੇ ਥੋੜਾ ਹੀ ਧੁਸਿਆ ਲਓ ਵੀ ਆਹ ਧੁਸਿਆ ਕਹਿੰਦੇ ਥੋੜਾ ਜਿਹਾ ਦਿਖਾਉਣਾ ਹੁਣ ਉੱਤਰ ਕੇ ਕਿੰਨਾ ਕੁ ਧੁਸ ਗਿਆ ਆਹ ਟਰੈਕਟਰ ਥੋੜਾ ਹੀ ਜਾਣਾ ਗਿੱਲਾ ਸੀਗਾ ਥੋੜਾ ਜਿਹਾ ਬਹਿ ਗਿਆ ਬਸ ਬਾਹਲਾ ਨਹੀਂ ਹੈਗਾ ਇੰਨਾ ਕੁ ਤਾਂ ਇਹਨੇ ਖਿੱਚ ਲੈਣਾ ਬਾ ਟੋਚਨ ਫਿਰ ਦਸ ਬਦਾਮ ਵੱਧ ਪਿਆਉਂਦੇ ਹੁਣ ਜ਼ੋਰ ਪਰਖਿਆ ਜਾਣਾ ਇੰਨੇ ਕੁ ਦੇ ਨਹੀਂ ਪਰਖਣ ਪਾ ਕੇ ਬੀਜ ਦਾ ਦੂਜਾ ਬਸ ਖਿੱਚ ਲੈਣਾ ਇਹਨੂੰ ਹਨਾ ਪਾ ਕੇ ਬੀਜ ਦਾ ਦੂਜਾ ਖਿੱਚ ਲੈਣਾ ਮਿੰਟ ਮਾਰ ਕੇ ਨਾ ਫਿਰ ਡਾਊਨ ਸੀਲਿੰਗ ਦਾ ਸਮਾਨ ਲੈਣ ਜਾਣਾ ਕੀ ਚੱਕਰ ਮਿੰਟ ਪੈ ਗਿਆ ਬੀ ਦੇ ਦੂਜੇ ਚ ਬੀ ਬੰਨ ਦੇ ਗੱਡੀ
ਨਾ ਨਾ B1 ਚ ਠੀਕ ਆ B1 ਚ ਠੀਕ ਆ ਥੋੜਾ ਹੀ ਤੋਂ ਸਹਿ ਤਾਂ ਉਹ ਸਾਹਿਬ ਹੁਣਾਂ ਨੇ ਕਹਿੰਦੇ ਸਿਰਾ ਹੀ ਕਰਾ ਦਾ ਚੱਲ 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 ਏ ਚੱਲ ਤੁਰੋ ਕੀ ਹੋ ਗਿਆ ਫੜ ਜਾ ਉਹ ਤਾਂ ਤੁਰਿਆ ਨਹੀਂ ਹਜੇ ਏ ਚੱਲ 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 ਲੈ ਗਿਆ ਚੱਲ ਜਾਣ ਦੇ ਵਾਹ ਵਾਹ ਇੱਥੋਂ ਕੀ ਗਿੱਲਾ ਸੀਗਾ ਨਾ ਤਾਂ ਓਕੇ ਆ ਚਲੋ ਜੀ ਲੋ ਵੀ ਕਹਿੰਦੇ ਟਰਾਲੀ ਤਾਂ ਸੌਖੀ ਨਿਕਲ ਗਈ ਹੁਣ ਚੱਲਦੇ ਹਾਂ ਸ਼ਹਿਰ ਸਮਾਨ ਲੈਣ ਚੱਲੀਏ ਡਾਊਨ ਸਰੀਆ ਸਮਾਨ ਲੈਣ ਚੱਲ ਫਿਰ ਇਹਨੂੰ ਚੱਲੀਏ ਲੈ ਕੇ ਘਰੇ ਬਾਕੀ ਸਿਟੀ ਵਾਲਾ ਤਾਂ ਸਿਰਾ ਹੀ ਆ ਗਾਣੇ ਲਾ ਦਈਏ ਨਾ ਹੁਣ ਆਹੀ ਆ ਸੱਚ ਚਲੋ ਵੀ ਚੱਲੀਏ ਹੁਣ ਸੀਯੂ ਹੀ ਪਾ ਲਈਏ ਹੁਣ ਤਾਂ ਠੰਡਾ ਰਹਿ ਠੰਡਾ ਬਸ ਦੂਜੇ ਦੇ ਤੋਰ ਕੇ ਸਾੜਤਾ ਦੇ ਉਹ ਟਰੈਕਟਰ ਆਪਾਂ ਕੱਢ ਕੇ ਬਾਹਰ ਲੈ ਆਉਂਦਾ ਹੁਣ ਚੱਲਦੇ ਆਪਾਂ ਸ਼ਹਿਰ ਨੂੰ ਲੋ ਵੀ ਆ ਗਏ ਵਾਪਸ ਕਹਿੰਦੇ ਟਰਾਲੀ ਕੱਟ ਕੇ ਹੁਣ ਗੱਡੀ ਚੱਕਦੇ ਆ ਤੇ ਚੱਲਦੇ ਆ ਗਾਂ ਜਿਹੜਾ ਆਪਾਂ ਸਮਾਨ ਲੈ ਕੇ ਆਉਣਾ ਪੂਰਾ ਪੂਰਾ ਇਹ ਬਾਹਰ ਟਰਾਲੀ ਤਾਂ ਥੋੜੀ ਜਿਹੀ ਤੂੰ ਸੀਗੀ ਮਿਹਨਤ ਲੱਗਿਆ ਕੱਢਣ ਨੂੰ ਤਾਂ ਡਰਾਈਵਰ ਨੂੰ ਚੱਕ ਲੈ ਡਰਾਈਵਰ ਦੀ ਨਹੀਂ ਗਾ 40 ਥੱਲੇ ਕਰੀ ਉਹ ਯਾਰ ਮੈਂ 40 ਦਾ ਥੱਲੇ ਕਰ ਮੜਾ ਆ ਲੈਟ ਨਾ ਵੀ ਨਹੀਂ ਦਿੰਦਾ ਤੂੰ ਤਾਂ ਲੈ ਵੀ ਕਹਿੰਦੇ ਹੁਣ ਚੱਲਦੇ ਆ ਗਿੱਲ ਚੌਂਕ ਸਿੰਧਾ ਸਮਾਨ ਲੈਣ ਠੀਕ ਆ ਚਲੋ ਫਟਾਫਟ ਚੱਲੋ ਦੁਕਾਨ ਨਾ ਬੰਦ ਹੋ ਜੇ ਮੁੜ ਕੇ ਡਰਾਈਵਰ ਨੂੰ ਬਿਠਾ ਲਿਆਗਾ ਵੀਰੇ ਕੋ ਪਹੁੰਚ ਗਏ ਹੋਰ ਵੀਰੇ ਕਿਵੇਂ ਆ ਵਧੀਆ ਵਧੀਆ ਤੇ ਸਮਾਨ ਨੂੰ ਦੇਖੀ ਜਾਂਦੇ ਆ ਡਰਾਈਵਰ ਤੈਨੂੰ 50 ਵਾਰੀ ਸਿਖਾਇਆ ਨਾਲੇ ਲਾਗੇ ਰੱਖੋ ਜਾ ਲਾਗੇ ਰੱਖ ਬਲਬ ਵੱਧ ਆ ਨਾ ਇਹ ਚ ਹਾਂ ਡਰਾਈਵਰ ਸਾਹਿਬ ਕੰਡਕਟਰ ਉਹ ਹੀ ਲੈ ਜਾ ਯਾਰ ਅਸੀਂ ਤਾਂ ਚੱਲ ਕਰਦੇ ਆ ਇੱਥੇ ਵੀ ਹੋ ਗਈ ਚੱਲ ਕੋਈ ਨਹੀਂ ਚਾਹੇ ਮੋਜੀ ਚਲਾ ਲੋ ਹਨਾ ਉਹ ਵੀ ਚੱਲਣਗੇ ਨਾ ਬਾਕੀ ਆਪਾਂ ਥੋੜੀਆਂ ਲਾਈਟਾਂ ਲੈਣੀਆਂ ਹੋਰ ਚੀਜ਼ ਦੇ ਦਿੰਦੇ ਆ ਡਾਊਨ ਸੀਲਿੰਗ ਬਾਰੇ ਚਾਹੀਦੀ ਹੈ ਹਨਾ ਬਾਕੀ ਆਪਣੇ ਦੂਜੀ ਦੁਕਾਨ ਆਪਣੀ ਤਿਆਰ ਹੋ ਗਈ ਲੋ ਵੀ ਕਹਿੰਦੇ ਹਮਰ ਲਾਈਟ ਵੀ ਲੈਣੀ ਹੈ ਫਿਰ ਕਿੱਧਰ ਗਈਆਂ ਆਹ ਡੱਬੇ ਚ ਕੱਢੀ ਮਾੜਾ ਦਿਖਾਈ ਇੱਕ ਪੀਲੀ ਆ ਬਾਕੀ ਬਲੈਕ ਇਹ ਨਵਾਂ ਟ੍ਰੈਂਡ ਚੱਲਿਆ ਇਹ ਤਾਂ ਚਾਹੇ ਆਪਾਂ ਕਾਲੀ ਵੀ ਕਰ ਦਈਏ ਟੇਪ ਵਾਲੀ ਇਹ ਤਾਂ ਟੇਪ ਲੱਗ ਜਾਣੀ ਹੈ ਉੱਤੇ ਕਾਲੀ ਹੋ ਗਈ ਇਹਦੀ ਤਾਰ ਜੀ ਲਾਵਾਂੜੀ ਨਾਲ ਤਾਰ ਲਾਈ ਹੋਈ ਡਰਾਈਵਰ ਤੇ ਡਰਾਈਵਰ ਤੈਨੂੰ ਸਿਖਾ ਦਈਆਂ ਤਾਰਾਂ ਲਾਉਣੀਆਂ ਦੇ ਲੈ ਦਿਖਾਇਓ ਮਾੜੀ ਰਹਿਣ ਦਿਓ ਲੱਭ ਗਿਆ ਇੰਡੀਕੇਟਰ ਮਿਲ ਗਿਆ ਨਾ ਬਾਅਦ ਚ ਆਹ ਮਾਊਸ ਲਾਈਟ ਲੈਣੀ ਆਪਾਂ ਮੈਂ ਕਰਦੇ ਬੰਦ ਆਹ ਵੀ ਚਲਾ ਕੇ ਦੇ ਲਾਉਣਾ ਇੰਡੀਕੇਟਰ ਜੀ ਪਰੇ ਹੋ ਜਾ ਮੂਹਰੋਂ ਪਰੇ ਹੋ ਜਾ ਵਿਚਾਲੇ ਨਾ ਤੂੰ ਯਾਰ ਡਰਾਈਵਰ ਗਲਤੀਆਂ ਬਹੁਤ ਕਰਦਾ ਤੂੰ ਪਿੱਛੇ ਹੋ ਮਾੜਾ ਜਿਹਾ ਖੜੂ ਏ ਜਿਹੜਾ ਰੋਕ ਲੂ ਇਹਦੇ ਚਾਰ ਕਾ ਤੋਂ ਵੀਰੇ ਚਾਰ ਸੌ ਉਹ ਚਾਰ ਨੇ ਇਹਦੇ ਮੂਵ ਦੇ ਦਿਆਂਗੀ ਵਾਣ ਦਾ ਇੱਕ ਹੀ ਖੜਮੇ ਆ ਨਾ ਆਹ ਲਾਉਣਾ ਆਪਾਂ ਦਾ ਸੈੱਟ ਬਸ ਨਹੀਂ ਉਹ ਤਾਂ ਲੱਗ ਹੀ ਜਾਂਦਾ ਸਮਾਨ ਤਾਂ ਵਧੀਆ ਸਮਾਨ ਫੜਾ ਦੇ ਹੁਣ ਆਪਾਂ ਜਾਣਾ ਕੋਚਰ ਮਾਰਕੀਟ ਉੱਥੋਂ ਫਾਂਡਣੀ ਆਪਾਂ ਲੈਦਰ ਤੇ ਹੁਣ ਛੇਤੀ ਚੱਲੀਏ ਨਹੀਂ ਬੰਦ ਹੋ ਜਾਣੀ ਦੁਕਾਨ ਆ ਜਿਹੜੀ ਯੈਲੋ ਆਪਣੀ ਰਹਿੰਦੀ ਆ ਉਹ ਵੀ ਰਾਤ ਦੇਖ ਲੈ ਇਹ ਬਾਅਦ ਚੋਂ ਲਵਾਂਗੇ ਪਹਿਲਾਂ ਕੋਚਰ ਮਾਰਕੀਟ ਜਾ ਜੇ ਮਿਲ ਗਈ ਠੀਕ ਆ ਨਹੀਂ ਫਿਰ ਹਾਂ ਉਧਰੋਂ ਅਹਿਮਦਗੜ ਤੋਂ ਲੈ ਆਵਾਂਗੇ 1 ਰੋਲ ਚੱਲ ਵੀ ਗੱਲਾਂ ਦੇ ਲੋ ਕੀ ਕਰਦੇ ਆ ਲੈ ਵੀ ਹੁਣ ਲੈਦਰਾਂ 'ਚ ਆ ਗਏ ਇੱਕ ਆ ਹੋ ਗਿਆ ਕਿਹੜਾ ਬਲੈਕ ਬਾਈ ਇੱਕ ਇੱਕ ਹੋ ਗਿਆ ਇੱਕ ਤਾਂ ਆ ਬਲੈਕ ਆ ਹੋਰ ਕਿਹੜਾ ਬਾਈ ਇਹ ਯਾਰ ਚਮਕਲਾ ਮਾੜਾ ਵਾ ਇਹ ਨਹੀਂ
ਇੱਕ ਡਿਜ਼ਾਈਨ ਵਾਲੇ ਦਿਖਾ ਦੇ ਬਲੈਕ ਬਸ ਇੱਥੇ ਵੀ ਦੇਖਾਂਗੇ ਕਰੀਮ ਚ ਤੇ ਵਾਈਟ ਚ ਆਹ ਜਮਾਂ ਵਾਈਟ ਇਹ ਨਹੀਂ ਲਾਉਣਾ ਪਰ ਆਪਾਂ ਲਓ ਵੀ ਕਹਿੰਦੇ ਆਹ ਲੈਦਰ ਅਸੀਂ ਕਰ ਲਈ ਫਾਈਨਲ ਆਹ ਲੈਦਰ ਦੇ ਨਾਲ ਅਸੀਂ ਕਰਤਾ ਕੰਪੇਅਰ ਆਹ ਕਲਰ ਜਿਹੜੇ ਡਿਜ਼ਾਈਨ ਲਾਵਾਂਗੇ ਉਹ ਆਹ ਕਲਰ ਦੇ ਲਾਵਾਂਗੇ ਬਾਕੀ ਤੁਹਾਨੂੰ ਹੁਣ ਵੀਡੀਓ ਵਿੱਚ ਕਲੀਅਰ ਨਹੀਂ ਦੀਨਾ ਹੋਣਾ ਗਾ ਤੁਹਾਨੂੰ ਸਵੇਰੇ ਦਿਖਾ ਦਾਂਗੇ ਯਾਨੀ ਕਿ ਆਹ ਦੋ ਕਲੀਅਰ ਕਰ ਲਏ ਹੁਣ ਅਸੀਂ ਸਾਈਜ਼ ਦਾ ਫੋਨ ਲਾ ਕੇ ਪਾਉਂਦੇ ਹਾਂ ਵੀ ਸਾਈਜ਼ ਕਿੰਨਾ ਹਨਾ ਡਰਾਈਵਰ ਸੈੱਟ ਆ ਕੰਮ ਜਿਹੜੀ ਚੀਜ਼ ਥੱਲੋਂ ਲੈ ਕੇ ਆਉਣੀ ਆ ਉਹ ਡਰਾਈਵਰ ਉਹਦੀਆਂ ਗੱਲਾਂ ਕਰੀਏ ਉਹ ਨਾ ਜਾ ਜ਼ਿਆਦਾ ਬੋਲਦਾ ਵਾ ਲੈ ਦਾ ਕੁੱਟਾਂਗੇ ਫੜ ਕੇ ਦੇਖ ਲਾ ਕੀ ਆ ਇਹ ਗੱਲ ਬਣੀ ਲਓ ਵੀ ਲੈਦਰ ਦਾ ਸਾਰਾ ਲੈ ਲਿਆ ਸਮਾਨ ਤੇ ਆਹ ਆਪਾਂ ਕੀ ਕਹਿੰਦੇ ਇਹਨੂੰ ਫਾਰਮ ਵੀ ਖਰੀਦ ਲਈ ਠੀਕ ਆ ਇੱਕ ਸ਼ੀਟ ਲੈ ਲਈ ਆਪਾਂ ਗੁਰਜੀਤ ਦਾ ਕੰਮ ਆ ਬਈ ਜੇ ਘਟੀ ਵਧੀ ਸਾਰੀ ਗੁਰਜੀਤ ਬਾਈ 200 ਦੀ ਆਈ ਆ ਤੇ ਕੀ ਕਹਿੰਦੇ ਸਾਰਾ ਸਮਾਨ ਖਰੀਦਣਾ ਅੰਦਰ ਤੇ ਅੱਜ ਗੱਡੀ ਓਵਰਲੋਡ ਹੋ ਗਈ ਹੈ ਨਹੀਂ ਪਰ ਓਵਰਲੋਡ ਤਾਂ ਨਹੀਂ ਸਮਾਨ ਤਾਂ ਜਮਾ ਹੀ ਥੋੜਾ ਆਈ ਆ ਫੋਮ ਵਗੈਰਾ ਤੇ ਲੈਦਰ ਵਗੈਰਾ ਖਰੀਦ ਲਈ ਯਾਰ ਤੈਨੂੰ ਜਾਣੀ ਨਾ ਦੀ ਅੱਜ ਨਾਲ ਤੇ ਹੁਣ ਚੱਲਦੇ ਆ ਖਾਣ ਕੁਛ ਹਨਾ ਖਾ ਪੀ ਕੇ ਚੱਲਦੇ ਆ ਫਿਰ ਪਿੰਡ ਨੂੰ 10 ਵਜੇ ਤੇ ਰਹਿ ਗਏ 15 ਮਿੰਟ ਆਇਆ ਫਿਰ 10 ਵਜ ਵੀ ਘਰੇ ਆਉਂਦੇ ਆ ਨੂੰ ਤੇ ਖਾ ਪੀ ਕੇ ਆਏ ਆ ਸਮਾਨ ਲੈ ਲੈ ਲੈਦਰ ਮਿਲ ਗਈ ਉਹਦੇ ਕਰਕੇ ਮੁੱਲ ਪੈ ਗਿਆ ਸਹੀ ਗੱਲ ਆ ਜੇ ਲੈਦਰ ਨਾ ਮਿਲਦੀ ਅੱਜ ਫਿਰ ਥੋੜਾ ਜਿਹਾ ਮੂਡ ਖਰਾਬ ਹੋ ਜਾਣਾ ਹੈਗਾ 10 ਵਜੇ ਦਾ ਵੀ ਗਏ ਵੀ ਤੇ ਫਾਇਦਾ ਵੀ ਨਹੀਂ ਹੋਇਆ ਹਨਾ ਬਾਕੀ ਹੁਣ ਡਰਾਈਵਰ ਦਾ ਘਰ ਆ ਜਾਣਾ ਡਰਾਈਵਰ ਉੱਤਰ ਜੂਗਾ ਫਿਰ ਮੈਂ ਉੱਤਰ ਜੂਗਾ ਅਕਸ਼ ਬਾਕੀ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਦੱਸ ਦਿਓ ਹਲੇ ਤਾਂ ਸਮਾਨ ਹੀ ਨਹੀਂ ਆਉਂਦਾ ਹਲੇ ਤਾਂ ਜਿਹੜਾ ਤਿਆਰ ਕਰਨਾ ਨਾ ਉਹ ਕੱਲ ਨੂੰ ਆ ਉਹ ਕੱਲ ਨੂੰ ਆ ਬਾਕੀ ਮਿਲਦੇ ਹੁਣ ਅਗਲੇ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ।